हाँ जी स्टूडेंट्स, अज असी अपनी 12वीं क्लास इंग्लिश इलैक्टिव दे तीसरे चैप्टर अ यंग टर्किश कैटास्ट्रफी जिसनों के एच मुनरो साकी ने लिखा होया है। इस चैप्टर दी कॉम्प्रीहेंसिव एक्सप्लेनेशन अते एनालिसिस कवर करांगे। ये वीडियो इस चैप्टर दी सीरीज दा साडा पहला वीडियो होएगा। तो बेटा तुहाडा डीयर टू ऑल द म्यूजिक दा सिलेबस दा थर्ड चैप्टर ते बुक दा फोर्थ चैप्टर A Young Turkish Catastrophe ਤਾਂ ਇਹਨੂੰ ਬੋਲਣ ਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਵਰਡ ਕਿਵੇਂ ਬੋਲਿਆ ਜਾਂਦਾ ਹੈ। ਇਹ ਬੋਲਿਆ ਜਾਂਦਾ ਹੈ ਕੈਟਾਸਟ੍ਰਫੀ। ਇਹਨੂੰ ਤੁਸੀਂ ਚਾਹੇ ਪੰਜਾਬੀ ਦੇ ਵਿੱਚ ਇਹਦੀ ਪ੍ਰੋਨੰਸੀਏਸ਼ਨ ਪਾ ਸਕਦੇ ਹੋ, ਬਿਕੋਜ਼ ਇਹ ਸ਼ਬਦ ਤੁਹਾਨੂੰ ਕਿਤੇ ਕਿਤੇ ਦੇਖਣ ਨੂੰ ਮਿਲਦਾ। ਵੈਸੇ ਇਹਦਾ ਯੂਜ਼ ਹੁੰਦਾ ਇੰਗਲਿਸ਼ 'ਚ ਕਾਫੀ ਜ਼ਿਆਦਾ ਇਹ, ਬਟ ਇਹਨੂੰ ਬੋਲਿਆ ਜਾਂਦਾ ਹੈ ਕੈਟਾਸਟ੍ਰਫੀ। ਕੀ ਬੋਲਿਆ ਜਾਂਦਾ ਹੈ? ਕੈਟਾਸਟ੍ਰਫੀ। ਯੰਗ ਦਾ ਮਤਲਬ ਬੇਟਾ ਨੌਜਵਾਨ, ਉਹਨੂੰ ਕਿਹਾ ਜਾਂਦਾ ਨਾ, ਯੰਗ ਨੌਜਵਾਨ ਪਰਸਨ ਨੂੰ ਕਿਹਾ ਜਾਂਦਾ। ਲੇਕਿਨ ਇੱਥੇ ਇੱਕ ਸ਼ਬਦ ਲੱਗਿਆ ਹੈ ਟਰਕਿਸ਼, ਤਾਂ ਤੁਹਾਨੂੰ ਯਾਦ ਹੋਣਾ ਇੱਕ ਸਾਡਾ ਦੇਸ਼ ਹੈ ਵਰਲਡ ਦੇ ਵਿੱਚ ਜਿਸਦਾ ਨਾਮ ਹੈ ਟਰਕੀ। ਜੇ ਆਪਾਂ ਉਸਦੀ ਲੈਂਗੁਏਜ ਦਾ ਨਾਮ ਲਈਏ ਤਾਂ ਉਹ ਟਰਕਿਸ਼ ਹੁੰਦੀ ਹੈ ਲੈਂਗੁਏਜ, ਤੁਰਕੀ ਹੈ ਨਾ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਤਾਂ ਇਸਦਾ ਮਤਲਬ ਕੀ ਹੋਇਆ ਚੈਪਟਰ ਦਾ? ਕਿ ਇੱਕ ਜਵਾਨ ਤੁਰਕ ਬੰਦੇ ਦੀ ਤਬਾਹੀ। ਕੈਟਾਸਟ੍ਰਫੀ ਦਾ ਮਤਲਬ ਹੁੰਦਾ ਬੇਟਾ ਤਬਾਹੀ, ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਤਾਂ ਹੁਣ ਇਹ ਕਿਸੇ ਯੰਗ ਪਰਸਨ ਹੈ ਤੁਰਕੀ ਦਾ, ਅਤੇ ਉਸਦੀ ਤਬਾਹੀ ਦੀ ਗੱਲ ਹੋ ਰਹੀ ਹੈ। ਹੁਣ ਪਰਸਨ ਹੈ ਜਾਂ ਕੋਈ ਹੋਰ ਚੀਜ਼ ਹੈ ਤਾਂ ਸਾਨੂੰ ਚੈਪਟਰ ਪੜ੍ਹ ਕੇ ਪਤਾ ਚੱਲੂਗਾ। ਤਾਂ ਇਸ ਚੈਪਟਰ ਨੂੰ ਬੇਟਾ ਸਾਕੀ ਨੇ ਲਿਖਿਆ ਹੋਇਆ। ਦੇਖੋ ਤੁਸੀਂ ਸਾਕੀ ਨੂੰ ਸਿੰਗਲ ਕੋਟਸ ਦੇ ਵਿੱਚ ਪਾਇਆ ਹੋਇਆ, ਹਾਲਾਂਕਿ ਜਿਹੜਾ ਸਾਕੀ ਇਸਦਾ ਰੀਅਲ ਨੇਮ ਨਹੀਂ ਹੈ। ਰੀਅਲ ਨੇਮ ਦੇਖੋ ਅੱਗੇ ਲਿਖਿਆ ਹੋਇਆ ਐਚ ਮੁਨਰੋ। ਐਚ ਮੁਨਰੋ ਪੂਰਾ ਨਾਮ ਹੈ ਸਾਕੀ, ਉਸਨੂੰ ਸ਼ੋਰਟ ਕਿਹਾ ਕਰਕੇ ਕਿਹਾ ਜਾਂਦਾ ਹੈ। ਇਹਨਾਂ ਦਾ ਲਾਈਫ ਪੀਰੀਅਡ ਵੀ 1872-1961 ਲਿਖਿਆ ਹੋਇਆ। ਅਤੇ ਇਹਨਾਂ ਦੇ ਬਾਰੇ ਲਿਖਿਆ ਹੋਇਆ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਕਿ ਸਾਕੀ ਡਿਸਟਿੰਗੁਇਸ਼ ਹਿਮਸੈਲਫ ਐਜ਼ ਦਾ ਸ਼ੋਰਟ ਸਟੋਰੀ ਰਾਈਟਰ। ਕਿ ਸਾਕੀ ਨੇ ਆਪਣੀ ਇੱਕ ਪਹਿਚਾਣ ਬਣਾਈ ਹੈ। ਡਿਸਟਿੰਗੁਇਸ਼ ਦਾ ਮਤਲਬ ਹੁੰਦਾ ਬੇਟਾ ਕਿ ਜਦੋਂ ਆਪਾਂ ਡਿਸਟਿੰਗੁਇਸ਼ ਹਿਮਸੈਲਫ, ਕਿ ਉਸਨੇ ਆਪਣੇ ਆਪ ਨੂੰ ਇੱਕ ਅਲੱਗ ਤਰੀਕੇ ਨਾਲ ਪਹਿਚਾਣ ਉਸਨੇ ਬਣਾਈ ਹੈ। ਕਿਵੇਂ? ਸ਼ੋਰਟ ਸਟੋਰੀ ਰਾਈਟਰ ਦੀ ਤਰ੍ਹਾਂ, ਕਿ ਉਸਨੇ ਸਟੋਰੀਜ਼ ਲਿਖੀਆਂ ਨੇ ਲੇਕਿਨ ਸ਼ੋਰਟ ਲਿਖੀਆਂ ਨੇ, ਲਘੂ ਕਹਾਣੀਆਂ, ਜਾਂ ਆਪਾਂ ਇਹਨੂੰ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਲਘੂ ਕਹਾਣੀਕਾਰ। ਕੁਛ ਅਜਿਹੇ ਸਟੋਰੀ ਰਾਈਟਰ ਹੁੰਦੇ ਨੇ ਜੋ ਸ਼ੋਰਟ ਕਹਾਣੀਆਂ ਲਿਖਦੇ ਨੇ, ਤਾਂ ਉਹਨਾਂ ਦੇ ਵਿੱਚ ਇੱਕ ਸਾਕੀ ਹੈ। ਹਿਜ਼ ਸ਼ੋਰਟ ਸਟੋਰੀਜ਼ ਆਰ ਕਰੈਕਟਰਾਈਜ਼ਡ ਬਾਏ ਦੇਅਰ ਅਪੀਗ੍ਰਾਮੈਟਿਕ ਬ੍ਰਿਲੀਅੰਸ ਐਂਡ ਦੇਅਰ ਸਰਪ੍ਰਾਈਜ਼ ਐਂਡਿੰਗ। ਨਾ ਉਹਦੀਆਂ ਜਿਹੜੀਆਂ ਸ਼ੋਰਟ ਸਟੋਰੀਜ਼ ਹੈ, ਜਿਹੜੀਆਂ ਇਹਦੀਆਂ ਲਘੂ ਕਹਾਣੀਆਂ ਨੇ, ਇਹਨਾਂ ਦੇ ਵਿੱਚ ਇੱਕ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਹੈ ਕਰੈਕਟਰਾਈਜ਼ਡ। ਯਾਦ ਕਰੋ ਪਹਿਲਾਂ ਆਪਾਂ ਇੱਕ ਸ਼ਬਦ ਕੀਤਾ ਸੀ ਕਰੈਕਟਰਿਸਟਿਕਸ, ਉਹਦਾ ਮੈਂ ਮਤਲਬ ਤੁਹਾਨੂੰ ਦੱਸਿਆ ਸੀ ਲੱਛਣ। ਤਾਂ ਇਹਦੀਆਂ ਜਿਹੜੀਆਂ ਕਹਾਣੀਆਂ ਨੇ ਉਹਦੇ ਵਿੱਚ ਸਾਨੂੰ ਕੁਛ ਲੱਛਣ ਦਿਖਦੇ ਨੇ। ਕਿਵੇਂ? ਦੋ ਚੀਜ਼ਾਂ। ਇੱਕ ਤਾਂ ਉਹਦੇ ਵਿੱਚ ਦੇਖੋ ਐਪੀਗ੍ਰਾਮੈਟਿਕ ਬ੍ਰਿਲੀਅੰਸ ਮਿਲਦੀ ਹੈ, ਅਤੇ ਇੱਕ ਉਹਨਾਂ ਦੀ ਸਰਪ੍ਰਾਈਜ਼ ਐਂਡਿੰਗ ਹੁੰਦੀ ਹੈ। ਐਪੀਗ੍ਰਾਮੈਟਿਕ ਦਾ ਮਤਲਬ ਕੀ ਹੁੰਦਾ ਬੇਟਾ? ਇਹ ਸ਼ਬਦ ਐਪੀਗ੍ਰਾਮ ਤੋਂ ਬਣਿਆ। ਐਪੀਗ੍ਰਾਮੈਟਿਕ ਦਾ ਮਤਲਬ ਹੁੰਦਾ, ਸਪੋਜ਼ ਕਰੋ ਕਿ ਰਾਈਟਰ ਲਿਖਦਾ ਕੁਛ ਹੈ ਲੇਕਿਨ ਉਹਦਾ ਮਤਲਬ ਕੁਛ ਹੋਰ ਹੈ। ਕਈ ਵਾਰੀ ਆਪਾਂ ਨਾ ਆਪਣੇ ਫਰੈਂਡਸ ਦੇ ਨਾਲ ਵੀ ਇੱਦਾਂ ਦੀਆਂ ਗੱਲਾਂ ਕਰਦੇ, ਆਪਾਂ ਉਸਨੂੰ ਕਹਿੰਦੇ ਕੁਛ ਹੈ ਲੇਕਿਨ ਸਾਡਾ ਅਸਲ ਮਤਲਬ ਉਹ ਨਹੀਂ ਹੁੰਦਾ ਜੋ ਸਾਡੇ ਬੋਲ ਹੁੰਦੇ ਨੇ। ਅਸੀਂ ਕਹਿਣਾ ਕੁਛ ਹੋਰ ਚਾਹੁੰਦੇ, ਕਿਸੇ ਨੂੰ ਲਾ ਕੇ ਕਹਿਣਾ ਹੈ ਨਾ, ਹਾਲਾਂਕਿ ਆਪਾਂ ਨੇ ਉਸਨੂੰ ਸਿੱਧਾ ਨਹੀਂ ਕਿਹਾ, ਤਰੀਕੇ ਨਾਲ ਕਹਿਤਾ, ਉਹਨੂੰ ਆਪਾਂ ਐਪੀਗ੍ਰਾਮੈਟਿਕ ਬ੍ਰਿਲੀਅੰਸ ਕਹਿੰਦੇ ਹਾਂ। ਦੂਸਰਾ ਸ਼ਬਦ ਹੈ ਕਿ ਇਹਦੀਆਂ ਜਿਹੜੀਆਂ ਕਹਾਣੀਆਂ ਦੇ ਵਿੱਚ ਨਾ ਜਿਹੜੀ ਐਂਡਿੰਗ ਹੁੰਦੀ ਹੈ, ਜਿਹੜਾ ਅੰਤ ਹੁੰਦਾ ਕਹਾਣੀ ਦਾ, ਜਦੋਂ ਇਹ ਅੰਤ ਕਰਦਾ ਉਹ ਬੜਾ ਸਰਪ੍ਰਾਈਜ਼ ਹੁੰਦਾ, ਹੈਰਾਨ ਕਰਨ ਵਾਲਾ ਐਂਡਿੰਗ ਹੁੰਦੀ ਹੈ। ਫਾਇੰਡ ਆਊਟ ਐਗਜ਼ਾਮਪਲਸ ਆਫ ਦੀਸ ਫੀਚਰਸ ਇਨ ਦੀ ਸਟੋਰੀ। ਕਹਿੰਦੇ ਸਾਨੂੰ ਇਹ ਲੱਭਣੇ ਚਾਹੀਦੇ ਨੇ, ਫਾਇੰਡ ਆਊਟ। ਸਾਨੂੰ ਰਾਈਟਰ ਕਹਿ ਰਿਹਾ ਹੈ ਕਿ ਅਸੀਂ ਇਹ ਜਿਹੜੇ ਫੀਚਰਸ ਨੇ, ਇਹ ਖਾਸੀਅਤਾਂ, ਫੀਚਰਸ ਦਾ ਮਤਲਬ ਖਾਸੀਅਤਾਂ, ਅਸੀਂ ਦੇਖੀਏ ਇਹਦੇ 'ਚ, ਇਸ ਸਟੋਰੀ ਦੇ ਵਿੱਚ ਕਿਹੜੀਆਂ ਖਾਸੀਅਤਾਂ, ਆਹੀ ਖਾਸੀਅਤਾਂ ਕਿਹੜੀਆਂ ਕਿਹੜੀਆਂ, ਐਪੀਗ੍ਰਾਮੈਟਿਕ ਬ੍ਰਿਲੀਅੰਸ, ਸਰਪ੍ਰਾਈਜ਼ ਐਂਡਿੰਗ। ਇਹ ਕੀ ਇਹ ਦੋ ਚੀਜ਼ਾਂ ਸਾਨੂੰ ਇਹ ਵਾਲੀ ਕਹਾਣੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ? ਤਾਂ ਇਹ ਹੈ ਜੀ ਤੁਹਾਡਾ ਇੰਟਰੋਡਕਟਰੀ ਪੈਰਾਗ੍ਰਾਫ। ਸਟੂਡੈਂਟਸ, ਮੈਂ ਪਲੱਸ 1 ਅਤੇ ਪਲੱਸ 2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ
इलेक्टिव इंग्लिश दे बहुत सारे वीडियोज़ बनाए हुए हैं। इन्हां वीडियोज़ नूं देखण दे लई तुसीं यूट्यूब दी सर्च बार ते जाके दीपक सूद लव लर्निंग टू लीड टाइप करो। रिजल्ट विच आई पहली साइट दे दीपक सूद दे जाके क्लिक करो तो इस तरह तुसीं चैनल ते पहुँच जावोगे जिथे तुसीं वीडियोज़ दा एक सैक्शन देखोगे। वीडियोज़ ते क्लिक करो तुहानूं मेरियां बनाईआं होईआं सारियां वीडियोज़ तुहानूं मिल जाणगीआं। इस दे विच प्लस वन प्लस टू दीआं सारियां क्लासेस दीआं जो मैं वीडियोज़ बनाईआं हन वो शामिल हन। प्लेलिस्ट वाले सैक्शन ते जाके तुसीं सारियां प्लेलिस्ट प्राप्त कर पाओगे, जिमें कि क्लास 12 दी प्लेलिस्ट चौथे नंबर ते है। इस ते तुसीं जाके जदों व्यू फुल प्लेलिस्ट करोगे तां तुहानूं क्लास 12 दीआं सारियां वीडियोज़ मिल जाणगीआं। इसे तरह तुसीं बाकी क्लास 11 उन्हां दी प्लेलिस्ट ते जाके सारियां वीडियोज़ प्राप्त कर सकते हो। ते इसे तरह मैं क्लास 11 ते क्लास 12 दी ग्रामर दी वीडियो लिस्ट बनाई हुई है तो वह सारिया वीडियोज़ तुहानूं प्राप्त हो जाएगियां। तो एक प्लेलिस्ट इंग्लिश इलेक्टिव क्लास 11 दी भी है और उस दे विच तुहानूं सारिया क्लास 11 दी प्लेलिस्ट प्राप्त हो जाएगियां। तो मैं तुहानूं सारिया नूं अपील करता हाँ कि एक बार तुसीं दीपक सूद लव लर्निंग टू लीड चैनल पर जरूर विजिट करो। तो बेटा मैं तुहानूं पहलां दसना चाहांगा कि यह जिहड़ी स्टोरी है ना यह बहुत ही शॉर्ट स्टोरी है, छोटी जी कहानी है, हार्डली 2-2.5 पेज के विच खत्म हो जाती है। लेकिन ये जिहड़ी खासियत वो ये है कि जिहड़ियां राइटर ने गल्लां लिखियां ने समझण वालियां ने, स्टोरी की कहानी कुछ भी नहीं है। लेकिन वह लिखण का स्टाइल देखो कि उन्हें लिखिया किस तरीके नाल। मैं तुहानूं इह दस दिंदा कि कई स्टूडेंट्स नूं इह कहानी जदों पढ़दे आ उन्हां नूं समझ नहीं आती कहानी, बिकॉज इहदे विच जिहड़ी इंग्लिश लिखी हुई है थोड़ी जी समझनी पैंदी है। मैं नहीं कहिंदा कि बहुत ज़्यादा डिफिकल्ट इंग्लिश है, इंग्लिश सौखी है, लेकिन यह है कि सानू समझना पऊगा। जे समझांगे तो सानू स्टोरी समझ आजूगी, अदरवाइज़ यह स्टूडेंट्स नूं जिहड़ी कहानी है समझ नहीं आती। तो मैं चाहूँगा कि तुसीं थोड़ा जिहा मन ला के इहनूं समझो ये लिखिया किवें। दो सीन्स दे विच इन टू सीन्स ये कहानी है। तो पहला सीन स्टार्ट होंदा है जी पहले पैरे तो, द मिनिस्टर फॉर फाइन आर्ट्स टू हूज़ डिपार्टमेंट हैड बीन लेटली एडिड द न्यू सबसैक्शन ऑफ इलैक्ट्रल इंजीनियरिंग पेड अ बिजनेस विजिट टू द ग्रैंड वजीर। पहली लाइन दे विच सानू दो परसन दे बारे पता चलता है। एक का पता लगता है जी द मिनिस्टर फॉर फाइन आर्ट्स। हुण फाइन आर्ट्स की होंगे बी? फाइन आर्ट्स ना जे तुसी जिमें पेंटिंग करता बच्चा कोई या सिंगिंग करता है वह कला, देखो आर्ट का मतलब होंगे कला, फाइन आर्ट का मतलब बरीकी वाली कला भी, जिस ते जिस कला दे विच बड़ी बरीकी हो। पेंटिंग हर बंदा नहीं कर सकता, जिहड़ी पेंटिंग जिहड़ी है सिंगिंग है डांसिंग है हर बंदा नहीं कर सकता, ये फाइन आर्ट्स दे सबजैक्ट है। तो फाइन आर्ट्स का एक मिनिस्टर है मंत्री, उसकी गल हो रही है। दूसरा कौन है परसन जी? ग्रैंड वजीर। ग्रैंड वजीर का मतलब मुख्य वजीर, वजीर होंगे जिमें अपने काफ़ी वड्डा ओहदा ऑफिस दे विच जिस परसन का हो मुख्य वजीर कह दें ना। तो दो परसन का जिक्र आ रहा पहली लाइन च, एक कौन है मिनिस्टर फॉर फाइन आर्ट्स, दूसरा कौन है ग्रैंड वजीर। हुण जिहड़ा मिनिस्टर फॉर फाइन आर्ट्स है, फाइन आर्ट्स का मिनिस्टर मतलब कि फाइन आर्ट्स की एक जिमें अपने बेटा जिमें अपने इंडिया दे विच भी डिफेंस मिनिस्टर हुंदा है, फाइनांस मिनिस्टर हुंदा है, इदां दे मिनिस्टर हुंदे ने, हर एक विभाग का अलग अलग मिनिस्टर बनाया जाता। तो फाइन आर्ट्स का टर्की दे विच एक कहानी कि है, टर्की देश की है। पहली गल टर्की सानू यह पता है कि मुस्लिम कंट्री है, तो यह कहानी वो है। तो उस कंट्री दे विच एक मिनिस्टर है, वह मिनिस्टर कहता है फाइन आर्ट्स का। हुण उहनू एक होर डिपार्टमेंट देता, किहड़ा डिपार्टमेंट देता? इलैक्ट्रल इंजीनियरिंग। सुनो तुसीं ना शायद इलैक्ट्रल इंजीनियरिंग ना देखा होवे, आम तौर पर की होंदा इलैक्ट्रिकल इंजीनियरिंग, मकैनिकल इंजीनियरिंग, सिविल इंजीनियरिंग या इलैक्ट्रॉनिक्स इंजीनियरिंग। इलैक्ट्रल इंजीनियरिंग शब्द आम तौर पर सानू देखने को नहीं मिलता। मैं तुहानू कहा सी स्टार्ट करन वेले कि इस कहानी दे विच एपीग्रामेटिक रेफरेंसिस बहुत है, एपीग्राम्स बहुत है। हुण इत्थे इलैक्ट्रल इंजीनियरिंग एक तरह का एपीग्राम है। इलैक्ट्रल का मतलब हुंदा बेटा रिलेटिड टू इलैक्शन, चोणां संबंधी, जिहड़ी चीज़ चोणां नाल संबंधित होवे आपां नूं की कहिंदे आ इलैक्ट्रल। पिछे लाती इंजीनियरिंग, इहदा मतलब जदों चोणां हुंदियां ने कि उत्थे भी किसे तरह की इंजीनियरिंग की लोड़ है। कोई तुहाडे दिमाग 'च गल आ रही है, समझ आ रही है भी चोणां दे विच इंजीनियरिंग की हो सकती है लोड़?
इलैक्ट्रिकल इंजीनियरिंग देखो आप कोई मशीन ठीक करते हैं उत्थे तो सानू पता है मशीन च किसी ना किसी तरीके की इंजीनियरिंग है। इलैक्ट्रिकल इलैक्ट्रिसिटी दे विच भी सानू पता है कि उत्थे भी इंजीनियरिंग है। सिविल का मतलब कोई पुल बनाता इदां दे उत्थे भी इंजीनियरिंग। ये चोणां च कि इंजीनियरिंग है इलैक्ट्रिकल इंजीनियरिंग का मतलब तुहानू अगे जाके पता चलूगा इस चैप्टर च। ये एपीग्राम है अपनों शुरू च कहा गया ना कि इस चैप्टर दे विच दो चीज़ां ने एक तो एपीग्रामेटिक ब्रिलियंस है ये कि राइटर ने कुछ वर्ड्स लिखे ने लिखता दिते पर उसका मतलब कुछ और है ते दूसरा सरप्राइज एंडिंग एंडिंग तो बेटा एंड च आऊगी वो तो आनी वानी है भी यदि सरप्राइज एंडिंग की है लेकिन ये जो एपीग्राम्स हैं ये बहुत जगह आते हैं मैं तुम्हें दसी जाऊँगा कितने कितने आए तो पहला तो इतने ही आ गया इलैक्ट्रिकल इंजीनियरिंग कहते वो जो इलैक्ट्रिकल इंजीनियरिंग का डिपार्टमेंट है सब सैक्शन है छोटा विभाग वह भी वो डिपार्टमेंट के एड करता कि डिपार्टमेंट च मिनिस्ट्री ऑफ फाइन आर्ट्स। देखो फाइन आर्ट्स का एक ब्रिकी वाला विभाग है ना वो चोणा वाला भी कम ऐड करता यदा मतलब शायद चोणा च भी कोई ब्रिकियां होनगियां चोणा च भी कुछ ब्रिकियां करनियां होनगियां भी उन्होंने डिपार्टमेंट उन्होंने देता। देखो पहली लाइन च ही सानू इदां दीआं गल्लां मिलदीआं तो वह की करता है वो एक बिजनेस विजिट के परपज के मुख्य वजीर को लिया लिखा ना पेड आ बिजनेस विजिट टू पे आ विजिट बच्चे कट्ठा आंदा शब्द टू पे आ विजिट का मतलब होंगे जब आप किसी को मिलन जाने टू पे आ विजिट कहते हैं तो वह किनू मिलन गया जी ग्रैंड वजीर कादे लिए गया बिजनेस बिजनेस विजिट लिए गया परसनल विजिट लिए नहीं गया कि लिखा हुआ इतने बिजनेस विजिट तो बिजनेस विजिट लिए गया तो सानू पहली लाइन तो यह गल थोड़ी जी क्लीयर होंगी है कि जो मिनिस्टर है वह वजीर कोई बिजनेस के सिलसिले च जाता है कि उन्हें कोई बिजनेस संबंधी कोई व्यापार संबंधी गलबात करनी उसके को जाता हूँ। अगली लाइन देखो अकॉर्डिंग टू ईस्टर्न एटिकेट दे डिस्कोज फॉर अ वाइल ऑन इन डिफरेंट सब्जेक्ट्स दूजी लाइन च फिर एपीग्राम हूँ कहते ईस्टर्न शब्द लिखा हुआ ई वड्डी है ईस्ट तो ईस्टर्न बनता है ईस्ट का मतलब होंगे पूर्व है ना साढ़े जोड़े पूर्व वाले देश हैं उन्होंने अपना ईस्टर्न कंट्रीज या कले कई बार कले तौर पर अपन उन्होंने ईस्टर्न कह दें ठीक है तो जोड़े साढ़े वैस्टर्नी कंट्रीज हैं जिमें यू एस ए इंग्लैंड आप वैस्टर्न कंट्रीज या वैस्टर्न कह दें तो कहते हूँ पूर्वी इसका मतलब पूर्व भी पूर्वी देशों के मुताबक अकॉर्डिंग टू ईस्टर्न जोड़े पूर्व वाल देश ने उन्होंने मुताबक जेडे उन्होंने गलबात की डिस्कोस का मतलब होंगे बेटा गलबात कि जिहड़ी उन्होंने गलबात की गलबात दे विच जो उन्होंने एटीकेट दिखाए एटीकेट का मतलब होंगे बेटा शिष्टाचार शब्द लिखी जाओ शिष्टाचार तुसी समझते हो जब आप सपोज करो किसी नूं मिलन जाइए आपां नूं पहला नमस्ते सत श्री अकाल करिए उहदा हाल चाल पुछिए इहनूं आपां एटीकेट कहिंदे आ शिष्टाचार शिष्टाचार समझ गए कि जदों उन्होंने गलबात दे विच शिष्टाचार दिखाए पर उहदे च उन्होंने इनडिफरेंट सबजैक्ट्स उन्हां इनडिफरेंट सबजैक्ट्स का मतलब है कि उन्होंने अपनी गलबात जिहड़े विषय चुने सबजैक्ट का मतलब विषय हुण आपां किसी नाल गलबात करांगे कोई विषय तां होगा ना कोई सबजैक्ट तां होगा जिसते आपां गलबात करांगे वह इनडिफरेंट सी मतलब कि मेल नहीं सी खांदे इनडिफरेंट का मतलब जिहड़े मेल नहीं खांदे किहदे नाल मेल नहीं खांदे वो आया कहदे लई सीगा बिजनेस लई हुण मान लो मैं किसी परसन कोल जावां बिजनेस दे संबंधी उत्थे जाके बिजनेस दी तां गल ना करां तू कल मैनूं उत्थे मिलिया सी तू उत्थे फिरदा सी तू परसों कित्थे गया मैं कित्थे गया मैं अज की खा के आया तू की खाधा है बिजनेस वाली तां गल होई नहीं कोई इत्थे आही गल कि उन्होंने जिहड़ी गलबात कीती है इनडिफरेंट जेडे बिजनेस से कम उन्होंने गल करनी चाहिए सी बिजनेस से तो कोई गल हो ही नहीं होर मुद्दे गल् हो गई तो आम तौर पर यह जहाँ कितने देखने को मिलता है पूर्वी देशों के शिष्टाचार यह इतने गल कही गई द मिनिस्टर ओनली चेकड हिमसैल्फ इन टाइम फ्रॉम मेकिंग अ पासिंग रेफरेंस टू द मैराथन रेस द मिनिस्टर ने अपने आप को रोकया चेक हिमसैल्फ का मतलब होंगे अपने आप को उसने रोकया कि वह कोई गल ना कहे फ्रॉम मेकिंग अ पासिंग रेफरेंस
ਅਸਿੰਗ ਰੈਫਰੈਂਸ ਦਾ ਮਤਲਬ ਜਦ ਆਪਾਂ ਕੋਈ ਗੱਲਬਾਤ ਦੇ ਵਿੱਚ ਕਿਸੇ ਗੱਲ ਦਾ ਖਿਆਲ ਰੱਖਦੇ ਹਾਂ ਨਾ, ਮੰਨ ਲਓ ਆਪਾਂ ਨੇ ਆਹ ਗੱਲ ਨਹੀਂ ਕਰਨੀ ਤਾਂ ਉਹਨੇ ਇਹ ਗੱਲ ਦਾ ਖਿਆਲ ਰੱਖਿਆ ਮੈਂ ਆਹ ਗੱਲ ਨਹੀਂ ਕਰਨੀ। ਕਾਹਦੇ ਬਾਰੇ? ਮੈਰਾਥਨ ਰੇਸ ਬਾਰੇ, ਵੀ ਮੈਂ ਮੈਰਾਥਨ ਰੇਸ ਬਾਰੇ ਗੱਲ ਨਹੀਂ ਕਰਨੀ। ਤਾਂ ਬੇਟਾ ਮੈਰਾਥਨ ਰੇਸ ਕੀ ਹੁੰਦੀ ਹੈ? ਮੈਰਾਥਨ ਰੇਸ ਆਈ ਥਿੰਕ 26 ਮੀਲ ਦੀ 26 ਮਾਈਲਸ ਦੀ ਰੇਸ ਨੂੰ ਕਿਹਾ ਜਾਂਦਾ ਮੈਰਾਥਨ ਰੇਸ। 26 ਮੀਲ ਦੀ ਜਿਹੜੀ ਰੇਸ ਹੈ ਇਹ ਆਲਮੋਸਟ ਨੂੰ ਲੱਗਦਾ 42 ਕਿਲੋਮੀਟਰ ਤੋਂ ਥੋੜ੍ਹੀ ਘੱਟ ਬਣਦੀ ਹੈ, ਤਾਂ ਉਹ ਰੇਸ ਨੂੰ ਆਪਾਂ ਮੈਰਾਥਨ ਰੇਸ ਕਹਿੰਦੇ ਹਾਂ। ਤਾਂ ਮਿਨਿਸਟਰ ਨੇ ਗੱਲ ਦਾ ਖਿਆਲ ਰੱਖਿਆ ਵੀ ਆਪਾਂ ਬਾਕੀ ਉਰਾਂ ਪਰਾਂ ਦੀਆਂ ਤਾਂ ਗੱਲਾਂ ਕਰ ਲਈਆਂ ਪਰ ਆਪਾਂ ਨੇ ਅੱਜ ਮੈਰਾਥਨ ਰੇਸ ਦੀ ਗੱਲ ਨਹੀਂ ਕਰਨੀ ਇਹਦੇ ਨਾਲ ਵਜ਼ੀਰ ਨਾਲ। ਇਹ ਗੱਲ ਦਾ ਉਹਨੇ ਖਿਆਲ ਰੱਖਿਆ। ਚੈੱਕ ਹਿਮਸੈਲਫ ਉਸਨੇ ਰੋਕਿਆ, ਕਿਉਂ ਕਿਉਂ ਨਹੀਂ ਮੈਰਾਥਨ ਰੇਸ ਉਸ ਟਾਈਮ? ਹੋ ਸਕਦਾ ਹੈ ਕਿ ਉਹਨਾਂ ਦੇ ਦੇਸ਼ 'ਚ ਜਾਂ ਉਹਨਾਂ ਦੇ ਨੇੜੇ ਤੇੜੇ ਕਿਤੇ ਮੈਰਾਥਨ ਰੇਸ ਚੱਲ ਰਹੀ ਸੀ, ਬਾਕੀ ਸਾਰੀਆਂ ਉਰਾਂ ਪਰਾਂ ਦੀਆਂ ਇਨਡਿਫਰੈਂਟ ਸਬਜੈਕਟ 'ਤੇ ਗੱਲਾਂ ਹੋਈਆਂ, ਲੇਕਿਨ ਮੈਰਾਥਨ ਰੇਸ 'ਤੇ ਉਹਨੇ ਗੱਲ ਨਹੀਂ ਕੀਤੀ। ਕਿਉਂ? ਰਿਮੈਂਬਰਿੰਗ ਦੈਟ ਦਾ ਵਜ਼ੀਰ ਹੈਡ ਆ ਪਰਸ਼ੀਅਨ ਗ੍ਰੈਂਡ ਮਦਰ, ਇਹ ਸੋਚਦੇ ਹੋਏ, ਇਹ ਯਾਦ ਰੱਖਦੇ ਹੋਏ ਕਿ ਵਜ਼ੀਰ ਦੀ ਜਿਹੜੀ ਦਾਦੀ ਮਾਂ ਹੈ, ਗ੍ਰੈਂਡ ਮਦਰ ਹੈ, ਉਹ ਪਰਸ਼ੀਅਨ ਹੈ। ਪਰਸ਼ੀਅਨ ਵੀ ਇੱਕ ਬੇਟਾ ਦੇਸ਼ ਹੈ, ਪਰਸ਼ੀਆ, ਚਾਹੇ ਤੁਸੀਂ ਸਮਾਜਿਕ 'ਚ ਪੜ੍ਹਿਆ ਹੋਵੇ, ਅਤੇ ਉਹ ਪਰਸ਼ੀਆ ਦੇਸ਼ 'ਚ ਜਿਹੜੇ ਲੋਕ ਰਹਿੰਦੇ ਉਹਨੂੰ ਆਪਾਂ ਪਰਸ਼ੀਅਨ ਕਹਿੰਦੇ ਹਾਂ। ਤਾਂ ਉਹਦੀ ਜਿਹੜੀ ਦਾਦੀ ਮਾਂ ਹੈ ਵਜ਼ੀਰ ਦੀ, ਉਹਦੀ ਦਾਦੀ ਮਾਂ ਪਰਸ਼ੀਅਨ ਹੈ, ਇਸ ਕਰਕੇ ਆਪਾਂ ਨੇ ਮੈਰਾਥਨ ਦਾ ਜ਼ਿਕਰ ਨਹੀਂ ਕਰਨਾ। ਹੁਣ ਇੱਥੇ ਫੇਰ ਦੇਖੋ ਬੁਝਾਰਤ ਜੀ ਪਾ ਗਿਆ ਰਾਈਟਰ, ਵੀ ਮੈਰਾਥਨ ਰੇਸ ਦਾ ਪਰਸ਼ੀਅਨ ਦਾਦੀ ਮਾਂ ਨਾਲ ਕੀ ਤਾਲੁਕਾਤ ਹੈ? ਵੀ ਜੇ ਆਪਾਂ ਮੈਰਾਥਨ ਰੇਸ ਦੀ ਗੱਲ ਕਰਾਂਗੇ ਤਾਂ ਉਹਦੇ 'ਚ ਵਜ਼ੀਰ ਦੀ ਦਾਦੀ ਮਾਂ ਦੀ ਗੱਲ ਕਿੱਥੋਂ ਆਜੂਗੀ? ਹੁਣ ਪਤਾ ਨਹੀਂ ਕਿਉਂ ਉਹਨੇ ਐਵੇਂ ਕਿਹਾ, ਬਟ ਜੋ ਮੈਂ ਸੋਚਦਾ ਸ਼ਾਇਦ ਇਹ ਹੈ ਕਿ ਮੈਰਾਥਨ ਆਮ ਤੌਰ 'ਤੇ ਕੌਣ ਕਰੂਗਾ ਬੇਟਾ? ਆਮ ਬੰਦਾ ਤਾਂ ਮੈਰਾਥਨ 26 ਮੀਲ ਦੀ ਕਰ ਨਹੀਂ ਸਕਦਾ, ਭੱਜ ਨਹੀਂ ਸਕਦਾ। ਜਿਸ ਬੰਦੇ 'ਚ ਸਟੈਮਿਨਾ ਹੈ, ਪੇਸ਼ੈਂਸ ਹੈ, ਉਹ ਕਰੂਗਾ। ਤਾਂ ਮੈਨੂੰ ਸ਼ਾਇਦ ਐਂ ਲੱਗਦਾ ਕਿ ਜਿਹੜੀ ਵਜ਼ੀਰ ਦੀ ਪਰਸ਼ੀਅਨ ਗ੍ਰੈਂਡ ਮਦਰ ਹੈ ਉਹ ਥੋੜ੍ਹੀ ਜਿਹੀ ਘੱਟ ਸਟੈਮਿਨੇ ਵਾਲੀ ਅਤੇ ਘੱਟ ਪੇਸ਼ੈਂਸ ਵਾਲੀ ਲੇਡੀ ਹੈ। ਵੀ ਜੇ ਕਿਤੇ ਮੈਰਾਥਨ ਦਾ ਜ਼ਿਕਰ ਹੋਇਆ ਤਾਂ ਕਿਤੇ ਵਜ਼ੀਰ ਨੂੰ ਐਂ ਨਾ ਲੱਗੇ ਵੀ ਇਹ ਮੈਰਾਥਨ ਦੀ ਗੱਲ ਕਰਕੇ ਮੇਰੀ ਗ੍ਰੈਂਡ ਮਦਰ 'ਤੇ ਟੌਂਟ ਮਾਰ ਰਿਹਾ, ਇਸ ਕਰਕੇ ਉਸਨੇ ਗ੍ਰੈਂਡ ਮਦਰ 'ਤੇ ਕਰਕੇ ਉਸਨੇ ਮੈਰਾਥਨ ਦਾ ਜ਼ਿਕਰ ਨਹੀਂ ਕੀਤਾ। ਵੀ ਮੈਨੂੰ ਐਂ ਲੱਗਦਾ, ਦੇਖੋ ਹੋ ਸਕਦਾ ਕੋਈ ਹੋਰ ਗੱਲ ਵੀ ਹੋਵੇ। ਇਸ 'ਚ ਨਾ ਇਹ ਜਿਹੜਾ ਚੈਪਟਰ ਹੈ, ਇਸ ਚੈਪਟਰ ਦੇ ਵਿੱਚ ਕਈ ਗੱਲਾਂ ਤੁਸੀਂ ਆਪਣੀ ਸਮਝ ਨਾਲ ਸਮਝ ਸਕਦੇ ਹੋ, ਉਹ ਤੁਹਾਡੀ ਸਮਝ ਨਾਲ ਕੁਛ ਹੋਰ ਹੋ ਸਕਦੀ ਹੈ, ਮੇਰੀ ਸਮਝ ਨਾਲ ਕੁਛ ਹੋਰ ਸਕਦੀ ਹੈ। ਬਿਕੋਜ਼ ਬੁਝਾਰਤਾਂ ਵਾਲਾ ਚੈਪਟਰ ਹੈ, ਐਪੀਗ੍ਰਾਮ ਜਗ੍ਹਾ ਜਗ੍ਹਾ ਭਰੇ ਹੋਏ ਹੈ। ਐਂਡ ਮਾਈਟ ਕੰਸੀਡਰ ਐਨੀ ਅਲਿਊਜ਼ਨ ਟੂ ਮੈਰਾਥਨ ਐਜ਼ ਸਮਵਟ ਟੈਕਲੈਸ, ਅਤੇ ਉਹਨੂੰ ਸ਼ਾਇਦ ਐਂ ਲੱਗੇ ਕਿ ਜੇਕਰ ਅਸੀਂ ਮੈਰਾਥਨ ਦਾ ਜ਼ਿਕਰ ਕਰਦੇ ਹਾਂ, ਉਹ ਐਲਿਊਜ਼ਨ ਦਾ ਮਤਲਬ ਹੁੰਦਾ ਬੇਟਾ ਰੈਫਰੈਂਸ, ਕਿ ਆਪਾਂ ਉਹਨੂੰ ਰੈਫਰ ਕਰਦੇ ਹਾਂ, ਤਾਂ ਮੈਰਾਥਨ ਤਾਂ ਸ਼ਾਇਦ ਕੋਈ ਟੈਕਲੈਸ ਹੈ, ਮਤਲਬ ਕੋਈ ਹੈ ਹੀ ਨਹੀਂ, ਕੋਈ ਗੱਲਬਾਤ ਹੀ ਨਹੀਂ ਹੈਗੀ, ਕਰਨ ਦੀ ਲੋੜ ਹੀ ਨਹੀਂ ਸੀਗੀ ਮੈਰਾਥਨ ਦੀ ਗੱਲ, ਤਾਂ ਉਸਨੇ ਇਸ ਕਰਕੇ ਮੈਰਾਥਨ ਦੀ ਗੱਲ ਨਹੀਂ ਕੀਤੀ। ਪ੍ਰੈਜ਼ੈਂਟਲੀ ਦਾ ਮਿਨਿਸਟਰ ਟੱਚ ਦਾ ਸਬਜੈਕਟ ਆਫ ਹਿਸ ਇੰਟਰਵਿਊ, ਤਾਂ ਫਿਰ ਮਿਨਿਸਟਰ ਨੇ ਆਪਣੀ ਇੰਟਰਵਿਊ ਦੇ ਸਬਜੈਕਟ ਨੂੰ ਵੀ ਟੱਚ ਕੀਤਾ। ਕੋਈ ਇੰਟਰਵਿਊ ਹੋਈ ਹੋਣੀ ਜਾਂ ਕੋਈ ਹੋਣੀ ਹੋਣੀ, ਤਾਂ ਉਸਦੇ ਬਾਰੇ ਉਸਨੇ ਉਹ ਸਬਜੈਕਟ ਚਲਾਇਆ, ਉਸਦੇ ਬਾਰੇ ਗੱਲਬਾਤ ਕੀਤੀ। ਤਾਂ ਪਹਿਲਾ ਪੈਰਾ ਬੇਟਾ ਇਹ ਹੈ, ਪਹਿਲੇ ਪੈਰੇ ਦੇ ਵਿੱਚ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਾਨੂੰ ਇਸ ਪੈਰੇ ਤੋਂ ਇਹ ਕਲੀਅਰ ਹੁੰਦਾ ਹੈ ਕਿ ਸ਼ਾਇਦ ਇਹ ਚੈਪਟਰ ਥੋੜ੍ਹਾ ਜਿਹਾ ਇਲੈਕਸ਼ਨਾਂ ਨਾਲ ਸੰਬੰਧਿਤ ਹੈ, ਕਿਉਂਕਿ ਇਲੈਕਟਰਲ ਇੰਜੀਨੀਅਰਿੰਗ ਦਾ ਜ਼ਿਕਰ ਆਇਆ। ਦੂਸਰਾ, ਸਾਨੂੰ ਇਹ ਪਤਾ ਲੱਗਿਆ ਕਿ ਇਸ ਚੈਪਟਰ ਦੇ ਵਿੱਚ ਦੋ ਕਰੈਕਟਰ ਸਾਡੇ ਕੋਲ ਸ਼ੁਰੂ 'ਚ ਹੀ ਆ ਗਏ, ਇੱਕ ਮਿਨਿਸਟਰ ਫੋਰ ਫਾਈਨ ਆਰਟਸ ਹੈ ਅਤੇ ਦੂਸਰਾ ਗ੍ਰੈਂਡ ਵਜ਼ੀਰ ਹੈ, ਅਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਦੋਨੇ ਆਪਸ 'ਚ ਮਿਲਦੇ ਹੈ ਕਿਸੇ ਬਿਜ਼ਨਸ ਟੌਪਿਕ ਦੇ ਲਈ, ਲੇਕਿਨ ਬਿਜ਼ਨਸ ਦੀ ਕੋਈ ਗੱਲ ਨਹੀਂ ਹੁੰਦੀ, ਗੱਲਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ। ਤਾਂ ਇਹ ਪਹਿਲਾ ਪੈਰਾ ਹੈ ਜੀ। ਸੈਕਿੰਡ ਪੈਰਾ, ਅੰਡਰ ਦਾ ਨਿਊ ਕੌਂਸਟੀਟਿਊਸ਼ਨ ਆਰ ਵੂਮੈਨ ਟੂ ਹੈਵ ਵੋਟਸ, ਹੀ ਆਸਕ ਸਡਨਲੀ। ਤਾਂ ਇਹ ਜਿਹੜਾ ਕੁਐਸਚਨ ਹੈ ਬੇਟਾ, ਦੇਖੋ ਇਹ ਕੁਐਸਚਨ ਪੁੱਛਿਆ ਗਿਆ ਹੈ ਨਾ, ਇਹ ਜਿਹੜਾ ਕੁਐਸਚਨ ਹੈ ਇਹ ਮਿਨਿਸਟਰ ਪੁੱਛਦਾ, ਇਹਨੂੰ ਇਹ ਕੁਐਸਚਨ ਕੌਣ ਪੁੱਛਦਾ? ਮਿਨਿਸਟਰ। ਤਾਂ ਮਿਨਿਸਟਰ ਵਜ਼ੀਰ ਨੂੰ ਪੁੱਛਦਾ ਵੀ ਜਿਹੜਾ ਆਪਾਂ ਨਵਾਂ ਸੰਵਿਧਾਨ ਬਣਾ ਰਹੇ ਹਾਂ, ਨਿਊ ਕੌਂਸਟੀਟਿਊਸ਼ਨ, ਕੌਂਸਟੀਟਿਊਸ਼ਨ ਦਾ ਮਤਲਬ ਸੰਵਿਧਾਨ, ਕਿ ਜਿਹੜਾ ਆਪਾਂ ਨਵਾਂ ਸੰਵਿਧਾਨ ਬਣਾਇਆ ਹੈ ਕਿ ਉਸਦੇ ਵਿੱਚ ਲੇਡੀਜ਼ ਨੂੰ ਆਪਾਂ ਵੋਟ ਦਾ ਅਧਿਕਾਰ ਦੇ ਦੀ, ਕੀ ਹੈ ਲੇਡੀਜ਼ ਨੂੰ ਵੋਟ ਦਾ ਅਧਿਕਾਰ ਦੇਣ ਦਾ? ਹੁਣ ਟਰਕੀ ਬੇਟਾ, ਇਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿਹੜਾ ਕੰਟਰੀ ਹੈ, ਮੁਸਲਿਮ ਕੰਟਰੀ ਹੈ। ਮੁਸਲਿਮ ਕੰਟਰੀਜ਼ ਦੇ ਵਿੱਚ ਵਿਮੈਨਸ ਨੂੰ ਵੋਟ ਪਾਉਣ ਦਾ ਅਧਿਕਾਰ ਬਹੁਤ ਲੇਟ ਮਿਲਿਆ। ਸਭ ਤੋਂ ਪਹਿਲਾਂ ਵਿਮੈਨ ਨੂੰ, ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਖੋ ਕਿੱਥੋਂ ਮਿਲਿਆ, ਵੈਸਟਰਨ ਪੱਛਮੀ ਦੇਸ਼, ਡਿਵੈਲਪ ਕੰਟਰੀਜ਼ ਹੈ, US, ਇੰਗਲੈਂਡ, ਇਹੋ ਜਿਹੇ, ਯੂਰਪ ਜਿਹਨੂੰ ਆਪਾਂ ਕਹਿੰਦੇ। ਤਾਂ ਉੱਥੇ
सब तो पहला वोट पाने का अधिकार इन्हां नूं मिलिया। अदरवाइज जे आपां हिस्ट्री च जाइए, शुरुआत च मैं एस एस दी गल कर रहे हैं, शुरुआत दे शुरुआती पीरियड दे विच जिहड़े लोग सिर्फ प्रॉपर्टी वाले जमीन जायदाद वाले हुंदे सी ना, जेंट्स की गल करदा मैं, सारे जेंट्स की नहीं, जिहड़े जेंट्स कोल प्रॉपर्टी हुंदी सीगी वधिया जमीन जायदाद हुंदी, सिर्फ वोट का अधिकार उन्हां नूं हुंदा। बाद च फिर सारे जेंट्स नूं मिलिया, चाहे जिस कोल जमीन है नहीं है, ते उस तो बाद फिर लेडीज़ नूं मिलिया। लेकिन ये लेडीज़ नूं अधिकार सब तो पहला किधर मिलिया, पछमी देशों च, आ जिहड़े मुस्लिम कंट्री सीगियां या बाकी होर कंट्रीज ईस्टर्न कंट्री सी, इन्हां च लेट मिलिया। टर्की दे विच हजे वुमेन नूं वोट पाउण दा अधिकार नहीं सी। तां हुण मिनिस्टर उही पुछ रहा उन्हूं कि की अपने नवें कॉन्स्टिट्यूशन च लेडीज़ नूं वोट पाउण दा अधिकार है। थर्ड पैरे दे विच वजीर उहदा आंसर दिंदा है, टू हैव वोट वुमेन, एक्सक्लेम द वजीर इन सम एस्टोनिशमेंट। तां वजीर जिहड़ा एक्सक्लेम, एक्सक्लेम का मतलब हैरान होके, इन सम एस्टोनिशमेंट, एस्टोनिशमेंट का मतलब भी बेटा हैरान होके ही हुंदा है, कि बहुत ही हैरानी नाल वो कहिंदा है लड़कियां नूं वोट देण दा अधिकार, औरतां नूं वोट दा अधिकार, टू हैव वोट विमेन। माई डियर पाशा, द न्यू डिपार्चर हैज द फ्लेवर ऑफ द एब्सर्ड एज इट इज, डोंट लेट्स ट्राई एंड मेक इट ऑल टूगैदर रिडिकुलस। उन्होंने पाशा कह के बुला रहे हैं, माई डियर पाशा, पाशा जिवें आप श्रीमान जी कहने ना, सर कहने हैं, एवें टर्किश लैंगुएज दे विच पाशा कहा जाता, कहें मेरे डियर पाशा सर, ये जड़ा न्यू डिपार्चर, इतने वह न्यू डिपार्चर किनू कह रहे हैं, न्यू डिपार्चर इसे विमेन नू वोट पाने के अधिकार नू कह रहे हैं, विमेन फ्रेंचाइज जिन्हों आप इंग्लिश कह सकते हैं, कि लड़कियों नू वोट पाने के अधिकार नू न्यू डिपार्चर कह रहे, कहते भी कहते जे आप गल करिए भी औरतों नू असी वोट देने का अधिकार दे दिए, वोट पाने का अधिकार दे दिए, ये तो एबजर्ड तो है ही, एबजर्ड का मतलब बेहूदा, ये गल बेहूदा तो है, अते नाल ही नाल रिडिकुलस भी है, रिडिकुलस का मतलब हसोहीनी। दो गल्लां कह रहा बेटा वो इस लाइन च, कि जेकर आप लड़कियां नू वोट देने का अधिकार दे दिए, ये गल एबजर्ड है, बेहूदा, जिदा कोई सिर पैर नहीं, ते नाले ये गल मजाक वाली हसोहीनी है। विमेन हैव नो सोल्स एंड नो इंटेलिजेंस। देखो भी किड्डी वड्डी गल लिखी है राइटर ने, गल समझो, विमेन हैव नो सोल एंड नो इंटेलिजेंस, कहिंदे ना ता औरतां दी कोई आत्मा है, सोल्स अंतरात्मा, अते ना ही उन्हां च कोई अकल है, यानी कि विमेन बेअकल ने, उन्होंने कोई समझ नहीं। वाई ऑन अर्थ शुड दे वोट, कहते क्यों फिर आपू वोट देने का अधिकार देिए, वाई ऑन अर्थ, ऑन अर्थ जब आप शब्द लाने ना तो थोड़ा जोर देने लगे, एक तो आप कह दें भी क्यों देिए भी अधिकार, एवें कहता, जे मैं कह क्यों देिए अधिकार, फर्क पै गया ना, टोन च फर्क पै गया, तो टोन च फर्क पाने के लिए आप ऑन अर्थ शब्द कई बार यूज कर जोर दे के ज्यादा पा गया, तो हूँ वह क्यों कह रहे, कहते कुड़ियों ना अकल है, ना उन्हों की कोई, ना उन्होंने इंटैलीजेंस है, ना उन्होंने कोई सोल है, इन्हों वोट देने का अधिकार आप दी। देखो ये गल कह रहे हैं कौन, वजीर, किनू, मिनिस्टर। फोर्थ पैरा, आई नो इट साउंड्स एबजर्ड सैड द मिनिस्टर। मिनिस्टर कहता यह गल सुन के, जो कहता कि विमेन विमेन को ना तो सोल है ना इंटैलीजेंस है, कहिंदे मैनू ये पता है कि ये गल थोड़ी जी एबजर्ड लगती है, मैनू एबजर्ड मतलब बेहूदा लगती है, उही गल दोबारा कह रहे हैं मिनिस्टर, बट दे आर सीरीयसली कंसीडर द कंसीडरिंग द आइडिया इन द वैस्ट। देखो वैस्ट की डबल्यू वड्डी पई है, पर कहिंदे आ जिहड़ा हुण नवें कॉन्स्टिट्यूशन बना रहे हैं जिहदे च ये गल कीती जा रही है कि आपां विमेन नूं वोटिंग का अधिकार देईए, वह क्यों दे रहे हैं, क्योंकि वैस्ट दे विच विमेन नूं वोट देने का अधिकार हो चुके, तो ये गल ये कह रहे हैं, ये जिहड़ा आइडिया वैस्ट तो आया, वैस्ट का मतलब पछम तो, पछमी देशों तो, यूरोपीयन देशों तो आया, भी वो ये सोच रहे हैं भी क्यों ना आपां भी विमेन नूं वोट देने का अधिकार दे दिए। दे आर सीरीयसली कंसीडरिंग, कंसीडरिंग का मतलब ध्यान से लिया रहे हैं ये लोग, अपने लोग, कि आपां औरतों नूं वोट देने का अधिकार दे दिए। फिफ्थ पैरा, दैन दे मस्ट हैव अ लार्जर इक्विपमेंट ऑफ सीरीयसनैस दैन आई गिव देम क्रैडिट फॉर।
ਹੁਣ ਵਜ਼ੀਰ ਕਹਿੰਦਾ ਇਹ ਗੱਲ ਸਾਰੀਆਂ ਵਜ਼ੀਰ ਕਹਿ ਰਹੇ ਆ ਕਹਿੰਦੇ ਵੀ ਠੀਕ ਹੈ ਚਲੋ ਹੋ ਸਕਦਾ ਵੀ ਮੈਂ ਜਿੰਨਾ ਸੋਚਦਾ ਉਹਦੇ ਨਾਲੋਂ ਇਹ ਲੋਕ ਜ਼ਿਆਦਾ ਸੀਰੀਅਸ ਹੋਣ ਲਾਰਜਰ ਇਕੁਪਮੈਂਟ ਆਫ ਸੀਰੀਅਸਨੈਸ ਸੀਰੀਅਸਨੈਸ ਦੇਖੋ ਵੀ ਸ਼ਾਇਦ ਇਸ ਵਿਸ਼ੇ ਦੇ ਪ੍ਰਤੀ ਕਿਹੜੇ ਵਿਸ਼ੇ ਦੇ ਪ੍ਰਤੀ ਆਹੀ ਵਿਸ਼ਾ ਕਿ ਵਿਮੈਨ ਨੂੰ ਵੋਟਿੰਗ ਦਾ ਅਧਿਕਾਰ ਦੇਈਏ ਵੀ ਇਸ ਵਿਸ਼ੇ ਦੇ ਪ੍ਰਤੀ ਜਿਹੜੇ ਲੋਕ ਜ਼ਿਆਦਾ ਸੀਰੀਅਸ ਨੇ ਜਿੰਨਾ ਮੈਂ ਸੋਚ ਰਿਹਾ ਉਹਦੇ ਨਾਲੋਂ ਜ਼ਿਆਦਾ ਸੀਰੀਅਸ ਨੇ ਆਫਟਰ ਅ ਲਾਈਫ ਟਾਈਮ ਆਫ ਸਪੈਸ਼ਲਾਈਜ਼ਡ ਐਫਰਟ ਇਨ ਮੇਨਟੇਨਿੰਗ ਮਾਈ ਗ੍ਰੈਵਿਟੀ ਆਈ ਕੈਨ ਸਕੈਸਲੀ ਰਿਸਟ੍ਰੇਨ ਐਂਡ ਇਨਕਲੇਸ਼ਨ ਟੂ ਸਮਾਈਲ ਐਟ ਦਾ ਸੁਜੈਸ਼ਨ ਕਹਿੰਦੇ ਮੈਂ ਆਪਣੀ ਸਾਰੀ ਜ਼ਿੰਦਗੀ 'ਚ ਦੇਖੋ ਇੱਥੇ ਲਿਖਿਆ ਨਾ ਲਾਈਫ ਟਾਈਮ ਮੈਂ ਸਾਰੀ ਜ਼ਿੰਦਗੀ ਦੇ ਵਿੱਚ ਜਿੰਨਾ ਮਰਜ਼ੀ ਸੀਰੀਅਸ ਹੋ ਕੇ ਸੋਚ ਲਾਂ ਤਾਂ ਮੈਂ ਇਸ ਸੁਜੈਸ਼ਨ 'ਤੇ ਸਮਾਈਲ ਕਰਨ ਦੇ ਪ੍ਰਤੀ ਆਪਣੇ ਆਪ ਨੂੰ ਰੋਕੂੰਗਾ ਹੀ ਇਹ ਲਾਈਨ 'ਚ ਉਹ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਆਈਡੀਆ ਹੈ ਕਿ ਵਿਮੈਨ ਨੂੰ ਆਪਾਂ ਵੋਟ ਦੇਣ ਦਾ ਅਧਿਕਾਰ ਦੇਣਾ ਹੈ ਵੀ ਮੈਨੂੰ ਇਹ ਠੀਕ ਨਹੀਂ ਲੱਗਦਾ ਇਹ ਕਹਿਣਾ ਚਾਹੁੰਦਾ ਇਸ ਲਾਈਨ 'ਚ ਇੱਥੇ ਸਕੈਰਸਲੀ ਦਾ ਮਤਲਬ ਹੁੰਦਾ ਬੇਟਾ ਹਾਰਡਲੀ ਜਿਹਨੂੰ ਆਪਾਂ ਨੈਗੇਟਿਵ ਤੌਰ 'ਤੇ ਯੂਜ਼ ਕਰਦੇ ਹਾਂ ਇਨਕਲੀਨੇਸ਼ਨ ਦਾ ਮਤਲਬ ਹੁੰਦਾ ਝੁਕਾਵ ਗ੍ਰੈਵਿਟੀ ਦਾ ਮਤਲਬ ਹੁੰਦਾ ਸੀਰੀਅਸਨੈਸ ਗੰਭੀਰਤਾ ਤਾਂ ਪੂਰੀ ਲਾਈਨ ਦਾ ਮਤਲਬ ਕੀ ਕਹਿਣਾ ਚਾਹ ਰਿਹਾ ਹੈ ਕਿ ਮੈਂ ਆਪਣੀ ਲਾਈਫ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਗ੍ਰੈਵਿਟੀ ਦੇ ਨਾਲ ਸੀਰੀਅਸ ਹੋ ਕੇ ਸੋਚ ਲਾਂ ਮੈਂ ਇਸ ਸੁਜੈਸ਼ਨ 'ਤੇ ਇਸ ਸੁਝਾਅ 'ਤੇ ਸਿਰਫ ਸਮਾਈਲ ਕਰਨ 'ਤੇ ਆਪਣੇ ਆਪ ਨੂੰ ਰੋਕ ਹੀ ਸਕਦਾ ਹਾਰਡਲੀ ਦਾ ਮਤਲਬ ਸਕੈਰਸਲੀ ਕਿ ਮੈਨੂੰ ਨਹੀਂ ਲੱਗਦਾ ਇਹ ਆਈਡੀਆ ਠੀਕ ਹੈ ਫਿਰ ਉਹਦਾ ਆਂਸਰ ਵੀ ਦਿੰਦਾ ਵੀ ਉਹਨੂੰ ਕਿਉਂ ਨਹੀਂ ਲੱਗਦਾ ਵਾਈ ਅਵਰ ਵਿਮੈਨ ਫੋਕ ਇਨ ਮੋਸਟ ਕੇਸਿਸ ਡੋਂਟ ਨੋ ਹਾਊ ਟੂ ਰੀਡ ਔਰ ਰਾਈਟ ਕਿਉਂ ਮੈਨੂੰ ਆਈਡੀਆ ਠੀਕ ਨਹੀਂ ਲੱਗਦਾ ਕਿਉਂਕਿ ਸਾਡੀ ਜਿਹੜੀ ਵਿਮੈਨ ਫੋਕ ਹੈ ਵਿਮੈਨ ਫੋਕ ਦਾ ਮਤਲਬ ਔਰਤ ਜਾਤ ਕਿ ਜਿਹੜੀ ਸਾਰੀਆਂ ਔਰਤਾਂ ਨੇ ਉਹ ਜ਼ਿਆਦਾਤਰ ਕੇਸਿਸ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਪੜ੍ਹਨਾ ਕਿਵੇਂ ਅਤੇ ਲਿਖਣਾ ਕਿਵੇਂ ਮਤਲਬ ਕਿ ਅਨਪੜ੍ਹ ਨੇ ਹੁਣ ਵਜ਼ੀਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਇਨਸਾਨ ਨੂੰ ਪੜ੍ਹਨਾ ਲਿਖਣਾ ਹੀ ਨਹੀਂ ਆਉਂਦਾ ਉਹ ਵੋਟ ਕਿਵੇਂ ਪਾ ਦੂਗਾ ਉਹ ਵੋਟ ਕਿਵੇਂ ਦੇ ਸਕਦਾ ਅਤੇ ਉਹਦੀ ਗੱਲ ਵੀ ਕਿਸੇ ਹੱਦ ਤੱਕ ਸਹੀ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਇਹ ਲੇਡੀਜ਼ ਹੁੰਦੀਆਂ ਸੀਗੀਆਂ ਇਹਨਾਂ ਦੇਸ਼ਾਂ ਦੀਆਂ ਈਸਟਰਨ ਦੇਸ਼ਾਂ ਦੀਆਂ ਉਹ ਇੰਨੀਆਂ ਪੜ੍ਹੀਆਂ ਲਿਖੀਆਂ ਨਹੀਂ ਸੀ ਇੱਕ ਵੋਟ ਕੌਣ ਪਾਊਗਾ ਸੂਝਵਾਨ ਬੰਦਾ ਪੜ੍ਹਿਆ ਲਿਖਿਆ ਹੀ ਪਾਊਗਾ ਨਾ ਜਿਸ ਨੂੰ ਪਤਾ ਹੈ ਕਿ ਕੈਂਡੀਡੇਟ ਕਿੱਦਾਂ ਦਾ ਆਪਾਂ ਨੇ ਇਹ ਪਾਰਟੀ ਦੀ ਵਿਚਾਰਧਾਰਾ ਕੀ ਹੈ ਤਾਂ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਸਾਡੀਆਂ ਔਰਤਾਂ ਨੂੰ ਪੜ੍ਹਨਾ ਲਿਖਣਾ ਤਾਂ ਆਉਂਦਾ ਨਹੀਂ ਤਾਂ ਫਿਰ ਅਸੀਂ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਕਿਉਂ ਦੇਈਏ ਫਿਰ ਉਹ ਅੱਗੇ ਇਹ ਵੀ ਕਹਿੰਦਾ ਹਾਊ ਕੁਡ ਦੇ ਪਰਫੋਰਮ ਦਾ ਓਪਰੇਸ਼ਨ ਆਫ ਵੋਟਿੰਗ ਵੋਟਿੰਗ ਦਾ ਤਾਂ ਇੱਕ ਪ੍ਰੋਸੈਸ ਹੁੰਦਾ ਬੇਟਾ ਤੁਸੀਂ ਵੀ 18 ਸਾਲ ਦੇ ਹੋ ਜਾਓਗੇ ਤੁਹਾਨੂੰ ਵੀ ਵੋਟ ਦੇਣ ਦਾ ਅਧਿਕਾਰ ਮਿਲ ਜੂਗਾ ਤਾਂ ਉਹਦਾ ਇੱਕ ਪ੍ਰੋਸੈਸ ਹੁੰਦਾ ਕਿਵੇਂ ਹੁੰਦਾ ਆਪਾਂ ਜਾਂਦੇ ਹਾਂ ਆਪਾਂ ਨੂੰ ਬੈਲਟ ਪੇਪਰ ਮਿਲਦਾ ਬੈਲਟ ਪੇਪਰ ਦੇ ਉੱਪਰ ਆਪਾਂ ਮੋਹਰ ਲਾਉਂਦੇ ਹਾਂ ਜਾਂ ਅੱਜ ਕੱਲ੍ਹ ਤਾਂ EVM ਮਸ਼ੀਨਾਂ ਆ ਗਈਆਂ ਤਾਂ ਆਪਾਂ ਜਾ ਕੇ ਬਟਨ ਦੱਬਦੇ ਹਾਂ ਤਾਂ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਲਿਖਤ ਪੜ੍ਹਤ ਹੁੰਦੀ ਹੈ ਤਾਂ ਕਹਿੰਦੇ ਇਸ ਪ੍ਰੋਸੈਸ ਨੂੰ ਕਿਵੇਂ ਸਮਝਣਗੀਆਂ ਉਹ ਹਾਓ ਕੁੱਡ ਦੇ ਪਰਫੋਰਮ ਕਿਵੇਂ ਸਮਝਣਗੀਆਂ ਇਸ ਪ੍ਰੋਸੈਸ ਨੂੰ ਵੋਟਿੰਗ ਦੇ ਪ੍ਰੋਸੈਸ ਨੂੰ ਕਿਉਂਕਿ ਉਹ ਤਾਂ ਅਨਪੜ੍ਹ ਨੇ ਅਤੇ ਆਪਾਂ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਦੇ ਰਹੇ ਹਾਂ ਪ੍ਰੋਸੈਸ ਨੂੰ ਫੋਲੋ ਕਿਵੇਂ ਕਰਨਗੀਆਂ ਤਾਂ ਇਸ ਪੈਰਾਗ੍ਰਾਫ ਦੇ ਵਿੱਚ ਵਜ਼ੀਰ ਮਿਨਿਸਟਰ ਨੂੰ ਇਹ ਗੱਲ ਕਹਿ ਰਹੇ ਦੇ ਕੁੱਡ ਬੀ ਸ਼ੋਨ ਦਾ ਨੇਮਸ ਆਫ ਦਾ ਕੈਂਡੀਡੇਟਸ ਐਂਡ ਵੇਅਰ ਟੂ ਮੇਕ ਦੇਅਰ ਕਰੋਸ ਹੁਣ ਇੱਥੇ ਦੇ ਕਿਹਨੂੰ ਕਿਹਾ ਗਿਆ ਔਰਤਾਂ ਨੂੰ ਕਿਹਾ ਗਿਆ ਕਹਿੰਦੇ ਆਪਾਂ ਔਰਤਾਂ ਨੂੰ ਇਹ ਦੱਸ ਸਕਦੇ ਹਾਂ ਕਿ ਕੈਂਡੀਡੇਟਸ ਦੇ ਨੇਮ ਉਹਨਾਂ ਨੂੰ ਆਪਾਂ ਸ਼ੋਅ ਕਰ ਦਈਏ ਅਤੇ ਕਿਸ ਤਰ੍ਹਾਂ ਦਾ ਕਰੋਸ ਹੋਵੇ ਹੁਣ ਤੁਹਾਨੂੰ ਪਤਾ ਨਾ ਜਿਹੜੀ ਮੋਹਰ ਲੱਗਦੀ ਹੈ ਬੈਲਟ ਪੇਪਰ ਦੇ ਉੱਪਰ ਜੇ ਤੁਸੀਂ ਮੋਹਰ ਕਦੇ ਦੇਖੀ ਹੋਵੇ ਤਾਂ ਉਸ ਆਪਾਂ ਸਿਆਹੀ ਨਾਲ ਜਦੋਂ ਉਹਨੂੰ ਇਸ ਤਰ੍ਹਾਂ ਲਗਾਉਂਦੇ ਹਾਂ ਤਾਂ ਉਹਦੇ ਉੱਪਰ ਕਰੋਸ ਲੱਗਿਆ ਤਾਂ ਉਹ ਕਰੋਸ ਕਿਹੋ ਜਿਹਾ ਬਣਾਈਏ ਆਪਾਂ ਉਹ ਇਹ ਕਹਿ ਰਹੇ ਹੈ ਕੌਣ ਕਹਿ ਰਿਹਾ ਮਿਨਿਸਟਰ ਮਿਨਿਸਟਰ ਕਹਿੰਦਾ ਆਪਾਂ ਵੂਮੈਨ ਨੂੰ ਕਹਿ ਸਕਦੇ ਵੀ ਉਹਨਾਂ ਨੇ ਕਿਹਨੂੰ ਪਾਣੀ ਹੈ ਕਿੱਥੇ ਪਾਣੀ ਹੈ ਪਹਿਲਾਂ ਹੀ ਦੱਸ ਦਿਉ ਕਿਉਂਕਿ ਪੜ੍ਹ ਲਿਖ ਤਾਂ ਸਕਦੀਆਂ ਨਹੀਂ ਉਹਨਾਂ ਨੂੰ ਨਾਮ ਤਾਂ ਪੜ੍ਹਨਾ ਆਉਣਾ ਨਹੀਂ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਮੋਹਰ ਲਾਉਣੀ ਹੈ ਤਾਂ ਆਪਾਂ ਦੋਨੇ ਚੀਜ਼ਾਂ ਪਹਿਲਾਂ ਹੀ ਦੱਸ ਦਿਉ ਉਹਨਾਂ ਨੂੰ ਆਈ ਬੈਗ ਯੂਅਰ ਪਾਰਡਨ ਇੰਟਰਪਟਿਡ ਦਾ ਵਜ਼ੀਰ ਹੁਣ ਵਜ਼ੀਰ ਥੋੜ੍ਹਾ ਹੈਰਾਨ ਹੁੰਦਾ ਵਜ਼ੀਰ ਥੋੜ੍ਹਾ ਉਹਨੂੰ ਇੰਟਰਪਟ ਕਰਦਾ ਵਿੱਚੋਂ ਦੀ ਟੋਕ ਕੇ ਕਹਿੰਦਾ ਮੈਨੂੰ ਸਮਝ ਨਹੀਂ ਆਈ ਗੱਲ ਵੀ ਤੁਸੀਂ ਆਹ ਕਿਵੇਂ ਕਹਿ ਰਹੇ ਹੋ ਵੀ ਆਪਾਂ ਵਿਮੈਨ ਨੂੰ ਦੱਸ ਦਿਓ ਕਿਹਨੂੰ ਵੋਟ ਪਾਉਣੀ ਹੈ ਅਤੇ ਕਿਹੜੀ ਮੋਹਰ ਲਾਉਣੀ ਹੈ ਇਹ ਕੀ ਗੱਲ ਬਣੀ ਮੋਹਰ ਤਾਂ ਮੋਹਰ ਹੈ ਕਰੋਸ ਵਾਲੀ ਮੋਹਰ ਹੁੰਦੀ ਹੈ ਠੀਕ ਹੈ ਕੈਂਡੀਡੇਟਸ ਦੇ ਨਾਮ ਉੱਥੇ ਲਿਖੇ ਹੋਣਗੇ ਉਹਨਾਂ ਨੇ ਨਾਮ ਦੇ ਉੱਪਰ ਮੋਹਰ ਲਾ ਦੇਣਗੇ ਦੇਅਰ ਪ੍ਰੈਸੈਂਟ ਆਈ ਮੀਨ ਕਹਿੰਦੇ ਵੀ ਮੇਰਾ ਮਤਲਬ ਹੈ ਪ੍ਰੈਸੈਂਟ ਨਾ ਪ੍ਰੈਸੈਂਟ ਦਾ ਮਤਲਬ ਬੇਟਾ ਹੁੰਦਾ ਹੈ ਹਾਫ ਮੂਨ ਅੱਧਾ ਚੰਦ ਹੁੰਦਾ ਨਾ ਅੱਧੇ ਚੰਦ ਨੂੰ ਆਪਾਂ ਕੀ ਕਹਿੰਦੇ ਹਾਂ ਇੰਗਲਿਸ਼ 'ਚ ਪ੍ਰੈਸੈਂਟ ਕਹਿੰਦੇ ਮੇਰਾ ਮਤਲਬ ਹੈ ਵੀ ਜਿਹੜਾ ਕਰੋਸ ਆਪਾਂ ਕਿੱਦਾਂ ਦਾ ਬਣਾਵਾਂਗੇ ਹਾਫ ਮੂਨ ਵਾਲਾ ਕਰੋਸ ਬਣਾਵਾਂਗੇ ਕਰੈਕਟਡ ਦਾ ਮਿਨਿਸਟਰ ਮਿਨਿਸਟਰ ਨੇ ਉਹਨੂੰ ਠੀਕ ਕੀਤਾ ਇਟ ਵੁੱਡ ਬੀ ਦਾ ਲਾਈਕਿੰਗ ਆਫ ਦਾ ਯੰਗ ਤੁਰਕਿਸ਼ ਪਾਰਟੀ ਹੀ ਐਡਿਡ
ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜੀ ਸਾਡੀ ਯੰਗ ਤੁਰਕਿਸ਼ ਪਾਰਟੀ ਹੈ ਜੋ ਅਸੀਂ ਬਣਾਈ ਹੈ ਜਿਸ ਪਾਰਟੀ ਦੇ ਅਸੀਂ ਮੈਂਬਰ ਹੈ ਤਾਂ ਉਸ ਨੂੰ ਇਹ ਬੜਾ ਵਧੀਆ ਲੱਗੂ ਕਿ ਆਪਾਂ ਨੇ ਜਿਹੜੀ ਮੋਹਰ ਹੈ ਕਿੱਦਾਂ ਦੀ ਬਣਾਈ ਹੈ ਹਾਫ ਮੂਨ ਵਾਲੀ ਹੀ ਐਡਿਡ ਉਸਨੇ ਕਿਹਾ ਨਾਈਨਥ ਪੈਰਾਗ੍ਰਾਫ ਓ ਵੈਲ ਸੈਡ ਦਾ ਵਜ਼ੀਰ ਵਜ਼ੀਰ ਕਹਿੰਦਾ ਚਲੋ ਠੀਕ ਹੈ ਇਫ ਵੀ ਆਰ ਟੂ ਡੂ ਦਾ ਥਿੰਗ ਐਟ ਆਲ ਵੀ ਮੇ ਐਜ਼ ਵੈਲ ਗੋ ਦਾ ਹੋਲ ਇੱਚ ਤਾਂ ਇੱਥੇ ਬੱਚਿਓ ਉਹ ਕੁਛ ਕਹਿੰਦਾ ਕਹਿੰਦਾ ਰੁਕ ਜਾਂਦਾ ਐਕਚੁਲੀ ਕੋਈ ਵਰਡ ਬੋਲਣਾ ਚਾਹੁੰਦਾ ਲੇਕਿਨ ਉਹ ਵਰਡ ਪੂਰਾ ਬੋਲਦਾ ਨਹੀਂ ਇਕੱਲਾ ਇੱਚ ਇੱਥੇ ਪਾਇਆ ਹੋਇਆ ਦੈਟ ਮੀਨਸ ਉਹਦੇ ਇਹ ਵਰਡਸ ਇਨਕੰਪਲੀਟ ਨੇ ਤਾਂ ਉਹ ਕੀ ਕਹਿ ਰਹੇ ਹੈ ਕਹਿੰਦੇ ਜੇਕਰ ਚਲੋ ਸਾਨੂੰ ਕੁਛ ਕਰਨਾ ਹੀ ਹੈ ਇਫ ਵੀ ਆਰ ਟੂ ਡੂ ਦਾ ਥਿੰਗ ਐਟ ਆਲ ਜੇਕਰ ਕੋਈ ਚੀਜ਼ ਸਾਨੂੰ ਕਰਨੀ ਹੋਈ ਹੈ ਵੀ ਮੇ ਐਜ਼ ਵੈਲ ਗੋ ਦਾ ਹੋਲ ਤਾਂ ਮੈਂ ਇੱਥੇ ਕਹਿਣਾ ਚਾਹੂੰਗਾ ਬੱਚਿਓ ਜਿਹੜਾ ਇੱਚ ਹੈ ਨਾ ਇੱਥੇ ਇਸਦਾ ਮਤਲਬ ਹੈ ਹੋਗ ਤਾਂ ਹੋਗ ਇੱਕ ਐਨੀਮਲ ਦਾ ਨਾਮ ਹੈ ਬੱਚਿਓ ਇਸ ਨੂੰ ਆਪਾਂ ਪਿੱਗ ਕਹਿੰਦੇ ਹਾਂ ਤਾਂ ਉਹ ਐਕਚੁਲੀ ਹੋਗ ਸ਼ਬਦ ਨਹੀਂ ਬੋਲਣਾ ਚਾਹੁੰਦਾ ਬੋਲਦਾ ਬੋਲਦਾ ਰੁਕ ਜਾਂਦਾ ਬਿਕੋਜ਼ ਉਹਨਾਂ ਦੇ ਧਰਮ ਦੇ ਵਿੱਚ ਇਹ ਜਿਹੜਾ ਐਨੀਮਲ ਹੈ ਇਸ ਨੂੰ ਬੋਲਣਾ ਥੋੜ੍ਹਾ ਜਿਹਾ ਚੰਗਾ ਨਹੀਂ ਸਮਝਿਆ ਜਾਂਦਾ ਇਸ ਕਰਕੇ ਉਹ ਆਪਣੀ ਲਾਈਨ ਦੇ ਵਿੱਚ ਇਸ ਐਨੀਮਲ ਨੂੰ ਬੋਲਦਾ ਬੋਲਦਾ ਰੁਕ ਜਾਂਦਾ ਤਾਂ ਕਹਿੰਦਾ ਵੀ ਜੇਕਰ ਸਾਨੂੰ ਕੋਈ ਚੀਜ਼ ਕਰਨੀ ਹੋਈ ਹੈ ਤਾਂ ਚਲੋ ਆਪਾਂ ਇਸ ਚੀਜ਼ ਨੂੰ ਪੂਰੀ ਤਰ੍ਹਾਂ ਨੇਪਰੇ ਚਾੜੀਏ ਨਾ ਇੱਥੇ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਇੱਥੇ ਇੱਕ ਇਡੀਅਮ ਯੂਜ਼ ਹੋਇਆ ਬੱਚਿਓ ਉਹ ਹੈ ਗੋ ਦਾ ਹੋਲ ਹੋਗ ਇਹ ਇੱਕ ਮੁਹਾਵਰਾ ਹੈ ਬੱਚਿਓ ਗੋ ਦਾ ਟੂ ਗੋ ਦਾ ਹੋਲ ਹੋਗ ਇਸਦਾ ਮਤਲਬ ਹੁੰਦਾ ਜਦ ਆਪਾਂ ਕੋਈ ਕੰਮ ਫੜ ਲਈਏ ਅਤੇ ਆਪਾਂ ਉਸਨੂੰ ਪੂਰਾ ਨੇਪਰੇ ਚਾੜੀਏ ਤਾਂ ਉਸਨੂੰ ਆਪਾਂ ਕਹਿੰਦੇ ਹਾਂ ਟੂ ਗੋ ਦਾ ਹੋਲ ਹੋਗ ਲੇਕਿਨ ਉਹ ਹੋਗ ਨਹੀਂ ਬੋਲਦਾ ਹੋਗ ਦੀ ਥਾਂ 'ਤੇ ਉਹ ਕੀ ਬੋਲਦਾ ਉਹ ਸਾਨੂੰ ਬਾਅਦ 'ਚ ਪਤਾ ਲੱਗਦਾ ਹੀ ਪੁਲਡ ਅਪ ਉਹ ਖੜਾ ਹੋ ਜਾਂਦਾ ਪੁਲ ਅਪ ਦਾ ਮਤਲਬ ਉਹ ਆਪਣੀ ਸੀਟ ਤੋਂ ਖੜਾ ਜਾਂਦਾ ਜਸਟ ਐਜ਼ ਹੀ ਵਾਜ਼ ਅਟਰਿੰਗ ਦਾ ਨੇਮ ਆਫ ਐਨ ਅਨਕਲੀਨ ਐਨੀਮਲ ਤਾਂ ਜਿਵੇਂ ਹੀ ਉਹ ਇਹ ਅਨਕਲੀਨ ਐਨੀਮਲ ਤਾਂ ਇੱਥੇ ਅਨਕਲੀਨ ਐਨੀਮਲ ਕਿਹਨੂੰ ਕਿਹਾ ਗਿਆ ਬੱਚੇ ਉਹ ਇਸੇ ਹੋਗ ਨੂੰ ਹੀ ਕਿਹਾ ਗਿਆ ਪਿਗ ਨੂੰ ਕਿਹਾ ਗਿਆ ਤਾਂ ਜਦੋਂ ਇਹ ਇੱਕ ਜਿਹੜਾ ਜਾਨਵਰ ਜਿਸਨੂੰ ਚੰਗਾ ਨਹੀਂ ਸਮਝਦੇ ਤਾਂ ਉਸਦਾ ਨਾਮ ਉਹ ਬੋਲਣ ਲੱਗਦਾ ਅਟਰਿੰਗ ਦਾ ਮਤਲਬ ਉਹ ਆਪਣੇ ਮੂੰਹ ਤੋਂ ਬੋਲਣ ਲੱਗਦਾ ਤਾਂ ਫਿਰ ਉਹ ਖੜਾ ਹੋ ਜਾਂਦਾ ਐਂਡ ਕੰਟੀਨਿਊਡ ਅਤੇ ਫਿਰ ਉਹ ਬੋਲਣਾ ਜਾਰੀ ਰੱਖਦਾ ਦਾ ਕੰਪਲੀਟ ਕੈਮਲ ਤਾਂ ਦੇਖੋ ਬੱਚਿਓ ਇੱਥੇ ਥੋੜ੍ਹੀ ਹਾਸੋਹੀਣੀ ਗੱਲ ਹੋ ਜਾਂਦੀ ਹੈ ਕਿ ਉਹ ਹੋਗ ਦੀ ਥਾਂ 'ਤੇ ਕਿਹੜਾ ਐਨੀਮਲ ਦਾ ਨਾਮ ਬੋਲਦਾ ਕੰਪਲੀਟ ਕੈਮਲ ਕੈਮਲ ਊਂਟ ਨੂੰ ਕਿਹਾ ਜਾਂਦਾ ਸਾਨੂੰ ਸਾਰਿਆਂ ਨੂੰ ਪਤਾ ਹਾਲਾਂਕਿ ਇਸ ਲਾਈਨ ਦੇ ਵਿੱਚ ਉਹ ਕਹਿਣਾ ਕੁਛ ਹੋਰ ਚਾਹੁੰਦਾ ਲੇਕਿਨ ਉਹ ਕਹਿੰਦਾ ਕਹਿੰਦਾ ਕਿਸੇ ਹੋਰ ਐਨੀਮਲ ਦਾ ਨਾਮ ਬੋਲ ਜਾਂਦਾ ਸਿਰਫ ਇਸ ਕਰਕੇ ਕਿਉਂਕਿ ਉਹ ਅਤੇ ਉਹਨਾਂ ਦੇ ਧਰਮ ਦੇ ਵਿੱਚ ਇਸ ਐਨੀਮਲ ਨੂੰ ਬੋਲਣਾ ਗੱਲਬਾਤ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਆਈ ਵਿਲ ਇਸ਼ੂ ਇੰਸਟਰਕਸ਼ਨਸ ਦੈਟ ਵੁਮਨ ਫੋਕ ਆਰ ਟੂ ਹੈਵ ਵਾਟਸ ਤਾਂ ਉਹ ਮੰਨ ਜਾਂਦਾ ਐਂਡ 'ਚ ਉਦੋਂ ਕਹਿੰਦਾ ਚਲੋ ਮੈਂ ਇੰਸਟਰਕਸ਼ਨਸ ਦੇ ਦੂੰਗਾ ਹਦਾਇਤਾਂ ਦੇ ਦੂੰਗਾ ਇਸ਼ੂ ਕਰ ਦੂੰਗਾ ਜਾਰੀ ਕਰ ਦੂੰਗਾ ਕਿ ਜਿਹੜੀਆਂ ਵੁਮੈਨ ਫੋਕ ਹੈ ਮਤਲਬ ਕਿ ਜੋ ਔਰਤ ਸਾਰੀਆਂ ਔਰਤਾਂ ਨੇ ਉਹਨਾਂ ਨੂੰ ਵੋਟਸ ਦੇ ਅਧਿਕਾਰ ਦੇ ਦਿੱਤੇ ਜਾਣ ਤਾਂ ਬੱਚਿਓ ਇੱਥੇ ਜਿਹੜੇ ਨਾਈਨਥ ਪੈਰੇ ਤੋਂ ਸਾਨੂੰ ਇਹ ਪਤਾ ਚੱਲਦਾ ਕਿ ਵਜ਼ੀਰ ਅੰਤ ਵਿੱਚ ਮੰਨ ਜਾਂਦਾ ਮਿਨਿਸਟਰ ਦੀ ਗੱਲ ਮੰਨ ਜਾਂਦਾ ਹਾਲਾਂਕਿ ਉਹ ਪਹਿਲਾਂ ਰੈਡੀ ਨਹੀਂ ਹੁੰਦਾ ਕਿ ਸਾਰੀਆਂ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ ਲੇਕਿਨ ਜਦੋਂ ਮਿਨਿਸਟਰ ਥੋੜ੍ਹਾ ਜ਼ੋਰ ਲਾਉਂਦਾ ਤਾਂ ਵਜ਼ੀਰ ਮੰਨ ਜਾਂਦਾ ਤਾਂ ਇੱਥੇ ਹੀ ਬੱਚਿਓ ਸਾਡਾ ਪਹਿਲਾ ਸੀਨ ਖਤਮ ਹੁੰਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਪੂਰੀ ਸਟੋਰੀ ਦੋ ਸੀਨਸ ਦੇ ਵਿੱਚ ਹੈ ਪਹਿਲਾ ਸੀਨ ਪਹਿਲੇ ਪੈਰੇ ਤੋਂ ਲੈ ਕੇ ਨੌਵੇਂ ਪੈਰੇ ਤੱਕ ਹੈ ਸਟੋਰੀ ਦੇ ਦੂਸਰੇ ਹਿੱਸੇ ਦੇ ਵਿੱਚ ਆਪਾਂ ਸੈਕਿੰਡ ਸੀਨ ਕੰਟੀਨਿਊ ਕਰਾਂਗੇ